अस्सलाम वालेकुम नाजरीन, क्या हाल चाल? उम्मीद करता तुसी सब ठीक होणगे। ਤੇ ਅੱਜ ਬੜੀ ਠੰਡ ਹੈ, ਸ਼ਾਮ ਦਾ ਟਾਈਮ ਆ ਤੇ ਹੁਣ ਅਸੀਂ ਜੋ ਮੇਰਾ ਦਿਨ ਹੈਗਾ ਅਸੀਂ ਘੁੰਮਣ ਫਿਰਨ ਚੱਲੇ ਆ। ਨਹੀਂ ਪਰ ਸਾਨੂੰ ਪਤਾ ਸੀ ਕਿੱਥੇ ਜਾਣਾ, ਅਸੀਂ ਘੁੰਮਣ ਫਿਰਨ ਚੱਲੇ ਆ। ਜਿੱਥੇ ਜਿੱਥੇ ਅਸੀਂ ਜਾਵਾਂਗੇ ਤੁਹਾਨੂੰ ਵੀ ਦਿਖਾਉਂਦੇ ਜਾਵਾਂਗੇ। ਫਿਲਹਾਲ ਸਾਨੂੰ ਕੋਈ ਨਹੀਂ ਪਤਾ ਸੀ ਕਿੱਥੇ ਚੱਲੇ ਆ। ਠੰਡ ਬੜੀ ਲੱਗ ਰਹੀ ਹੈ ਜੀ। ਹਾਂ ਚਲੋ ਜੀ, ਤੁਹਾਨੂੰ ਵੀ ਨਾਲ ਲੈ ਕੇ ਚੱਲਾਂਗੇ। ਫੂਲ ਹੈ ਗੁਲਾਬ ਕਾ, ਨਸ਼ਾ ਹੈ ਸ਼ਰਾਬ ਕਾ, ਤੇਰੀ ਆਵਾਜ਼ ਕਾ, ਆਖੇ ਤੋਂ ਨਜ਼ਰ ਆਤੀ ਹੈ, ਫਾਇਦਾ ਕਿਆ ਹੈ ਕਾਮ ਕਾ। ਹਾਏ 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 ਬਾਬਾ ਨਾਜ਼ਰੀਨ, ਸਾਨੂੰ ਭੋਰਾ ਨਹੀਂ ਪਤਾ ਸੀ ਅਸੀਂ ਕੀ ਕਰੀਏ, ਕਿੱਥੇ ਜਾਈਏ। ਸੋਚ ਸੋਚ ਕੇ ਅਸੀਂ ਨਾ ਕਲੱਬ ਆਏ ਹੈਗਾ ਵਾ ਬਿਗ ਬ੍ਰੇਕ, ਅਸੀਂ ਸੋਚਿਆ ਕਿ ਥੋੜੇ ਗੇਮਾਂ ਲਾ ਲਈਏ। ਭਾਈ ਚਾਬੀ ਦਿਓ ਮੋਟਰਸਾਈਕਲ ਦੀ। ਆਹ ਲੈ ਲਓ ਚਾਬੀ, ਲੋਕ ਲੂਕ ਲਾ ਲਈਆ। ਉਮਰ ਚਾਬੀ ਦਿਓ ਯਾਰ, ਮੂਵਰੀ ਬਾਅਦ ਉਖਾੜੀ। ਆਹ ਭੋਲਾ ਸਾਹਿਬ ਅੱਜ ਕੱਲ੍ਹ ਬਹੁਤ ਪਲੇਅਰ ਹੈਗਾ ਸਨੋਕਰ ਦਾ। ਅਸੀਂ ਕਿਹਾ ਚਲੋ ਜੁਮਾ ਹੈਗਾ, ਇਕੱਠੇ ਹੈਗੇ ਆ, ਜੋ ਥੋੜੀ ਬਹੁਤ ਗੇਮ ਲਾ ਲਈਏ ਤਾਂ ਗੇਮ ਤੋਂ ਬਾਅਦ ਦੇਖਦੇ ਸੀ ਕਿੱਥੇ ਜਾਣਾ ਕਿੱਥੇ ਨਹੀਂ। ਨਾਜ਼ਰੀ ਇੱਕ ਗੱਲ ਦੱਸਾਂ, ਠੰਡ ਬਹੁਤ ਹੈਗੀ ਆ, ਠੰਡ ਬੜੀ ਹੈਗੀ ਆ। ਬਹੁਤ ਚਾਹ ਪੀਣ ਜਾਣੀ, ਚਾਹ ਪੀਣੀ, ਚਾਹ ਨਹੀਂ ਚਾਹ ਨਹੀਂ ਪੀਣੀ ਭਾਈ, ਪਠਾਨਾਂ ਦਾ ਕਾਹਵਾ ਪੀਣਾ ਅੱਜ। ਚਲੋ ਅੱਜ ਕਾਹਵਾ ਚੱਲੇ, ਨਾ ਪਠਾਨ ਲੱਭੇ ਨਾ ਪੀਏ। ਹਾਂ ਅਸੀਂ ਆ ਬੱਕਰ ਸਾਹਿਬ ਲੋਕ ਲਾਉਂਦੇ ਪਏ ਨੇ, ਲੋਕ ਲਾ ਕੇ ਅਸੀਂ ਗੇਮਾਂ ਖੇਡਦੇ ਹਾਂ, ਤਾਂ ਉਸ ਤੋਂ ਬਾਅਦ ਕੀ ਕਰਨਾ ਅਸੀਂ ਉਹ ਤੁਹਾਨੂੰ ਬਾਅਦ ਦੱਸਾਂਗੇ। ਓਕੇ ਜੀ। ਅੱਛਾ ਨਾਜ਼ਰੀਨ, ਹੁਣ ਅਸੀਂ ਆ ਗਏ ਹਾਂ ਕਲੱਬ 'ਚ ਅਤੇ ਆਹ ਟੇਬਲ ਸਾਨੂੰ ਮਿਲ ਗਿਆ, ਅਤੇ ਹੁਣ ਉਮਰ ਭਾਈ ਅਤੇ ਜ਼ੈਨ ਇਹ ਗੇਮ ਖੇਡਣ ਲੱਗੇ ਅਤੇ ਚੈਪ ਲਾ ਰਹੇ ਖੁਦ, ਅਤੇ ਉਹ ਭੋਲਾ ਭਾਈ ਸਕੂਨ ਨਾਲ ਬੈਠਾ ਹੋਇਆ। ਕੌਣ ਜਿੱਤਦਾ ਵਾ? ਇੱਥੇ ਬਹੁਤ ਅੱਛਾ ਮਾਹੌਲ ਆ, ਠੰਡ ਬਿਲਕੁਲ ਨਹੀਂ ਲੱਗ ਰਹੀ ਹੈ, ਗਰਮਾ ਗਰਮ ਮਾਹੌਲ। हाय नाजरीन, क्या हाल चाल है? डेक तो ला यार, तो ये देखिए ना दोस्तों, मैं मफलर पहना हुआ है, ये मेरे बहुत अच्छे दोस्त ने मुझे दिया था, वो अब मुझे छोड़ के गया चला है। तो ये देखिए बहुत अच्छा है, खुशबू भी बहुत अच्छी आ रही है। ਦਿਨ ਚੈਪ ਖੋਲਣ ਤੋਂ ਬਾਅਦ ਸ਼ਾਟ ਖੇਲਣ ਲੱਗਾ, ਉਮਰ ਪਹਿਲੀ ਬਣੀ ਸੀ, ਪੀਸ ਚਲੇ ਗਈ ਆ। ਰੈੱਡ ਪਾਉਣ ਤੋਂ ਬਾਅਦ ਪਿੰਕ ਪਾਉਣਗੇ, ਦੇਖੋ ਜਾਂਦੀ ਆ ਕਿ ਨਹੀਂ। ਉਹ ਪਿੰਕ ਵੀ ਚਲ ਗਈ ਆ ਜੀ, ਜ਼ੈਨ ਕਹਿੰਦਾ ਫਿੜੇ ਮੂੰਹ, ਆਉਂਦੇ ਸਿਰ 7 ਪੁਆਇੰਟ ਸ਼ਾਟ ਆ ਗਈ। ਹੁਣ ਜ਼ੈਨ ਖੇਲਣ ਲੱਗਾ, ਦੇਖੋ ਜਾਂਦੀ ਕਿ ਨਹੀਂ। ਜ਼ੈਨ ਹਲੇ ਹੱਥ ਠੰਡੇ ਆ, ਚਲੇ। Many hours later. ਨਾਜ਼ਰੀਨ, ਜ਼ੈਨ ਦੀ ਤੇ ਉਮਰ ਦੀ ਗੇਮ ਦਾ ਬਲੈਕ ਫੈਸਲਾ ਆ ਗਿਆ ਵਾ, ਤੇ ਉਮਰ ਜਿੱਤਣ ਦੇ ਬਹੁਤ ਕਰੀਬ ਆ। ਹੁਣ ਦੇਖੋ ਬਲੈਕ ਫੈਸਲਾ ਤੇ ਪੋਕਟ ਅੱਗੇ ਬਣੀ ਹੋਈ ਆ, ਦੇਖੋ ਹੁਣ ਇੱਕੋ ਜਾਂਦੀ ਕਿ ਨਹੀਂ। ਲਓ ਜੀ, ਉਮਰ ਜਿੱਤ ਗਿਆ। ਜ਼ੈਨ ਸਾਹਿਬ ਬਹਿਓ ਤੁਸੀਂ, ਹੁਣ ਮੇਰੀ ਤੇ ਭੋਲੇ ਦੀ ਗੇਮ ਲੱਗਣ ਲੱਗੀ ਆ। ਅੱਛਾ ਨਾਜ਼ਰੀਨ, ਮੈਂ ਤਾਂ ਹੁਣ ਹਾਰ ਗਿਆ ਉਮਰ ਦੇ ਕੋਲ, ਹੁਣ ਅਗਲੀ ਗੇਮ ਲੱਗਣ ਲੱਗੀ ਜੀ, ਉਹ ਬੱਕਰ ਭੈਣ ਦੀ ਤਾਂ ਉਹ ਭੋਲਾ ਭੈਣ ਦੀ ਚੈਪ ਲਾ ਰਹੇ ਨੇ। ਜਲਦੀ ਲਾਓ ਚੈਪ ਯਾਰ, ਬੜੇ ਸਲੋ ਆ। ਦੇ ਜੀ, ਇਹਨੇ ਦੋਨਾਂ 'ਚ ਕੌਣ ਜਿੱਤਦਾ? ਆਹ ਦੇਖੋ ਨਾਜ਼ਰੀਨ, ਚੈਪ ਲੱਗ ਗਿਆ, ਉਹ ਬੱਕਰ ਬ੍ਰੇਕ ਕਰਨ ਲੱਗਾ ਗੇਮ। ਅਗਲੀ ਸ਼ਾਟ ਭੋਲਾ ਹੀ ਖੇਲੂਗੇ, ਫਿਰ ਉਸ ਤੋਂ ਐਂਡ 'ਤੇ ਜਾ ਕੇ ਤੁਹਾਨੂੰ ਰਿਜ਼ਲਟ ਦੱਸ ਦਿਆਂਗੇ ਕੌਣ ਜਿੱਤਿਆ ਕੌਣ ਨਹੀਂ। ਜਲਦੀ ਖੇਲੋ, ਚਲਾ ਚਲਾ ਗਾਣਾ ਪਿੱਛੇ ਹੋ ਤੇਰਾ, ਐਂਡ 'ਤੇ ਤੁਹਾਨੂੰ ਦੱਸਾਂਗੇ ਰਿਜ਼ਲਟ ਕੀ ਬਣਿਆ। 6 hours later. ਹਲੇ ਕਲਰ ਤਾਂ ਕਿੰਨੇ ਹੀ ਪਏ ਆ, ਫੋਲ ਲੱਗਦੇ ਆ। ਬੱਕਰ ਨੂੰ ਲੱਗਦਾ ਗੇਮ ਆਈ ਆ 34। ਚਲੋ ਦੇਖਦੇ ਆ ਜੀ ਐਂਡ ਤੇ ਕਿਹਦਾ ਫੈਸਲਾ ਹੁੰਦਾ, ਕਿਹਦੇ ਹੱਕ 'ਚ ਹੁੰਦਾ। ਅੱਛਾ ਨਾਜ਼ਰੀਨ, ਮਾਸ਼ਾਅੱਲਾ 40 ਪੁਆਇੰਟ ਹਲੇ ਵੀ ਖੇਲਣ ਦੇ ਆ। ਖੈਰ ਬੱਕਰ ਨੂੰ ਗੇਮ ਆਈ ਅੱਜ, ਭੋਲਾ ਜੀ ਹੋਰ ਕੁਛ ਹੋਰ ਕਰਾਉਣੀ ਥੋੜੀ। ਉਹਨੇ ਕਹਿਣਾ ਸਾਰੀਆਂ ਮੂੰਹ ਤਾਂ ਰੱਖੀਆਂ, ਥੋੜੀ ਇੱਥੇ ਕਰਾ ਦੇ। ਬੱਕਰ ਨੇ ਤਾਂ ਭੋਲੇ ਨਾ ਲਾਈ, ਬੱਕਰ ਜਿੱਤ ਗਿਆ। ਹੁਣ ਅਸੀਂ ਡਬਲ ਗੇਮ ਲਾਉਣ ਲੱਗੇ ਆ, ਮੈਂ ਤਾਂ ਉਮਰ ਹੋ ਗਏ ਪੇਅਰ ਦੇ ਵਿੱਚ, ਤਾਂ ਭੋਲਾ ਦਾ ਉਹ ਬੱਕਰ ਹੋ ਗਏ, ਤਾਂ ਅਸੀਂ ਹੁਣ ਆਖਰੀ ਨਾ ਡਬਲ ਗੇਮ ਲਾਉਂਦੇ ਆ, ਦੇਖਦੇ ਕੌਣ ਜਿੱਤਦਾ। ਅੱਛਾ ਨਾਜ਼ਰੀਨ, ਸਾਡੀ ਆਖਰੀ ਡਬਲ ਗੇਮ ਲੱਗਣ ਲੱਗੀ ਆ, ਤੇ ਜ਼ੈਨ ਹੁਣ ਬ੍ਰੇਕ ਕਰੇਗਾ,
ਤੇ ਤੁਹਾਨੂੰ ਐਂਡ ਤੇ ਦੱਸ ਦਿਆਂ ਕੌਣ ਜਿੱਤਿਆ ਤੇ ਕੌਣ ਹਾਰਿਆ। ਨਹੀਂ ਗਿਆ ਨਾਜ਼ਰੀ, ਨਾ ਦੇਖੋ ਝੂਠ ਬੋਲ ਰਿਹਾ। ਓਕੇ ਜੀ, ਬਾਅਦ ਤੁਹਾਨੂੰ ਮਿਲਦੇ ਹਾਂ। ਅੱਛਾ ਨਾਜ਼ਰੀ, ਅਸੀਂ ਗੇਮਾਂ ਵਗੈਰਾ ਖੇਡ ਕੇ ਹੁਣ ਬਾਹਰ ਆ ਗਏ ਹਾਂ। ਜਿਹੜੀ ਅਸੀਂ ਡਬਲ ਲਾਈ ਸੀ ਨਾ, ਜਿਹਦਾ ਜੇ ਮੈਂ ਤਾਂ ਉਮਰ ਤਾਂ ਭੋਲਾ ਰਹਾ, ਉਹ ਬੱਕਰ ਸੀ, ਉਹ ਅਸੀਂ ਗੇਮ ਨਾ ਜਿੱਤ ਗਏ ਸੀ। ਉਸ ਤੋਂ ਬਾਅਦ ਮੈਂ ਤਾਂ ਬੱਕਰ ਨੇ ਲਾਈ ਇੱਕ ਸਿੰਗਲ ਗੇਮ, ਉਹ ਬੱਕਰ ਜਿੱਤ ਗਿਆ ਸੀ। ਨਾਜ਼ਰੀ ਨੂੰ ਠੰਡ ਬੜੀ ਆ, ਹੁਣ ਅਸੀਂ ਫੇਰ ਕਿਤੇ ਚੱਲੇ ਹਾਂ, ਦੇਖੋ ਕਿੱਥੇ ਜਾਂਦੇ ਹਾਂ। ਨਾਜ਼ਰੀ ਗੇਮਾਂ ਵਗੈਰਾ ਲਾ ਲਿਆ, ਹੁਣ ਦੇਖਦੇ ਹਾਂ ਕਿ ਅਸੀਂ ਹੁਣ ਕਿੱਥੇ ਜਾਂਦੇ। ਸਾਨੂੰ ਕੋਈ ਨੀ ਆਈਡੀਆ ਸੀ ਹੁਣ ਕਿੱਥੇ ਜਾਣਾ ਹੈਗਾ। ਮੇਰਾ ਖਿਆਲ ਆ ਲੰਡੇ ਵਿੱਚ ਜਾ ਕੇ ਬਣਨਾ ਅਸੀਂ ਸਿੱਧਾ। ਦੇਖਦੇ ਹਾਂ, ਕੋਈ ਚਾਹ ਚੂਹ ਪੀ ਕੇ ਆਉਂਦੇ ਅਸੀਂ, ਕੁਛ ਖਾਣਾ ਵਗੈਰਾ ਅਸੀਂ ਖਾਧਾ ਹੋਇਆ ਵਾ। ਠੰਡ ਬੜੀ ਹੈਗੀ ਹੈ, ਦਿਲ ਕਰ ਰਿਹਾ ਗਰਮਾ ਗਰਮ ਇੱਕ ਚਾਹ ਦਾ ਕੱਪ ਹੋਏ। ਕਿਹੜੇ ਪੰਜਾਬ 'ਚ ਜਾਣਾ ਚਾਹ ਪੀ, ਇਹ ਵੀ ਦੱਸੋ। ਕਿਹੜੇ ਪੰਜਾਬ 'ਚ ਕੀ ਮਤਲਬ, ਇਹ ਵੀ ਇੱਕ ਮਜ਼ਾਕ ਹੈ। ਅੱਛਾ ਚਲੋ ਠੀਕ, ਚਲੋ ਠੀਕ ਹੈ ਜੀ, ਤੁਹਾਨੂੰ ਅਗਲੇ ਪੁਆਇੰਟ 'ਤੇ ਜਾ ਕੇ ਮਿਲਦੇ ਹਾਂ। ਅਸੀਂ ਨਾਜ਼ਰੀਨ, ਉਸ ਤੋਂ ਬਾਅਦ ਅਸੀਂ ਹੁਣ ਆਏ ਹਾਂ ਲੰਡੇ। ਭਾਈ ਨੇ ਲੰਡੇ ਦੀ ਕੋਈ ਜੇਲ ਲਾਣੀ, ਅਸੀਂ ਵੈਸੇ ਚੱਕਰ ਚੁੱਕਰ ਲਾਉਣ ਆਏ ਹਾਂ, ਵਿਜ਼ਿਟ ਕਰਨ ਆਏ ਹਾਂ ਜਿਹਨੂੰ ਕਹਿੰਦੇ ਆ ਵਿੰਡੋ ਸ਼ੋਪਿੰਗ। ਉਹ ਬੱਕਰ ਤਾਂ ਭੋਲਾ ਗਏ ਆ ਪੈਟਰੋਲ ਪਵਾਉਣ ਮੋਟਰਸਾਈਕਲ 'ਚ, ਉਹ ਪੈਟਰੋਲ ਪਾ ਕੇ ਆਉਂਦੇ ਨੇ ਤਾਂ ਪਸੰਦ ਕਰਦੇ ਆ, ਜੋ ਇਹਨੂੰ ਪਸੰਦ ਆਉਂਦਾ ਲੈਂਦੇ ਆ। ਉਹ ਭਾਈ ਮੈਂ ਨਹੀਂ ਲਾਉਣਾ, ਮੈਂ ਤਾਂ ਗਰਮੀ ਦੂਰ ਕਰਨ ਆਇਆ, ਉਹ ਸੋਰੀ ਸਰਦੀ। ਇਹ ਹੈ ਜੀ ਲੰਡਨ ਕਾ ਮਾਲ, ਇਹ ਲੰਡਨ ਕਾ ਮਾਲ ਹੈ। ਇਹ ਕਹਿ ਰਹੇ ਮੇਰੇ ਨਾਮ ਕੀ ਸ਼ਰਟ ਹੈ, ਚੱਲ ਦਫਾ ਹੋ ਮੰਮਾ, ਅਸੀਂ ਨਹੀਂ ਪਾਉਂਦੇ ਇਹ। ਹਾਂ ਹਾਂ, ਨਾਜ਼ਰੀਨ ਬੱਕਰ ਭਾਈ ਤੇ ਭੋਲਾ ਭਾਈ ਪੈਟਰੋਲ ਪਾ ਕੇ ਆ ਗਏ ਨੇ। ਅਸੀਂ ਹੁਣ ਲੰਡਾ ਚੈੱਕ ਕਰੋ, ਲੰਡਾ ਐਕਚੁਅਲੀ ਅਸੀਂ ਵਿੰਡੋ ਸ਼ੋਪਿੰਗ ਕਰਨ ਆਏ ਆ। ਹਾਂ ਦੇਖਦੇ ਆ, ਲੰਡਾ ਫ੍ਰੀ, ਵੱਡੀ ਭੂਆ ਇੱਧਰ ਲੰਡੇ ਦਾ ਭੂਆ। ਆਹੋ ਸਾਡੇ ਸ਼ਰੀਕ ਯਾਰ, ਤੇ ਕਰੋ ਲੰਡਾ ਧਿਆਨ, ਅਦੇ ਬੱਚਾ ਪਾਵੇ ਪਾਉ ਵੱਡਾ ਪਾਵੇ, ਦੋਵੇਂ ਪੂਰੀ ਆਏਗੀ, ਪੂਰੀ ਆਏਗੀ। ਦੇਖਦੇ ਆ ਜੀ ਕੋਈ ਚੀਜ਼ ਪਸੰਦ ਆਉਂਦੀ ਕਿ ਨਹੀਂ ਇਹਨਾਂ ਨੂੰ ਕਿ ਨਹੀਂ। ਮੇਰੇ ਖਿਆਲ ਚ ਆਣੀ ਕੁਛ ਵੀ ਨਹੀਂ, ਚਾਹ ਪਸੰਦ ਐਵੇਂ ਲੰਡੇ ਦੇ ਬੂਹੇ ਅੱਗੇ ਆ ਗਏ। ਐਵੇਂ ਸ਼ੁਗਰ ਲਾਉਣ ਆਏ ਅਸੀਂ ਬਲਕਿ ਨਹੀਂ ਸ਼ਵਾਰਮੇ ਦੁਕਾਨ ਤੇ ਮਿਲਦੇ ਜਾ ਕੇ। ਇੱਥੇ ਆਏ ਹਾਂ ਜੀ ਅਸੀਂ ਹੈਲੋ ਬਾਈ ਸ਼ਵਾਰਮਾ ਪੁਆਇੰਟ ਤੇ। ਭੋਲਾਈ ਭੋਲਾਈ ਅਸੀਂ ਨਹੀਂ ਖਾਣੇ ਯਾਰ, ਹੈਲੋ ਭੋਲਾਈ ਅਸੀਂ ਨਹੀਂ ਖਾਣੇ। ਕਿੰਨੇ ਲਵਾਉਣੇ ਆ ਤਾਂ? ਹੈ ਕਿੰਨੇ ਵੜੇ? ਦੋ ਸ਼ਵਾਰਮੇ। ਚਲੋ ਉਮਰ ਸਾਹਿਬ ਖਾਣਾ ਸ਼ਵਾਰਮਾ, ਆਇਓ ਫਿਰ ਜਿਹੜਾ ਖਲਾਈਏ ਤੁਹਾਨੂੰ। ਚਲੋ ਜੀ ਆਰਡਰ ਲੱਗ ਰਿਹਾ, ਟਾਈਮ ਹੋ ਗਿਆ ਵਾ ਜੀ 8:30। ਸਾਢੇ 8 ਅੱਛਾ ਨਾਜ਼ਰੀਨ, ਭੋਲਾ ਜੀ ਨੇ ਸ਼ਵਾਰਮੇ ਲੈ ਲਏ ਦੋ, ਅਸੀਂ ਘਰ ਵਾਪਸ ਜਾ ਰਹੇ ਹਾਂ ਜੀ। ਘਰ ਚਲੀਏ ਹੁਣ ਵਾਪਸ, ਟਾਈਮ ਬਹੁਤ ਹੋ ਚੁੱਕਿਆ ਹੈਗਾ, ਘਰੋਂ ਫੋਨ ਆਈ ਜਾ ਰਿਹਾ, ਤਾਂ ਹੁਣ ਚਲੀਏ ਘਰ। ਅਸੀਂ ਘੁੰਮ ਫਿਰ ਕੇ, ਸਾਨੂੰ ਪਤਾ ਨਹੀਂ ਸੀ ਕਿੱਥੇ ਕਿੱਥੇ ਘੁੰਮਣਾ, ਲੇਕਿਨ ਅਸੀਂ ਫਿਰ ਵੀ ਬਥੇਰੀਆਂ ਜਗ੍ਹਾ ਘੁੰਮ ਫਿਰ ਕੇ ਅਤੇ ਉਹਨਾਂ ਅਸੀਂ ਘਰ ਆ ਗਏ ਹਾਂ। ਅਤੇ ਇਹਦੇ ਨਾਲ ਅਸੀਂ ਆਪਣੀ ਵੀਡੀਓ ਦਾ ਇਖਤਤਾਮ ਕਰਦੇ ਹਾਂ, ਮਿਲਦੇ ਹਾਂ ਅਗਲੀ ਵੀਡੀਓ ਜੀ। ਤਦ ਤੱਕ ਆਪਣਾ ਬਹੁਤ ਸਾਰਾ ਖਿਆਲ ਰੱਖੀਏਗਾ, ਦੁਆਓ ਮੇਂ ਯਾਦ ਰੱਖੀਏਗਾ, ਔਰ ਬਹੁਤ ਸਾਰਾ ਪਿਆਰ। ਅੱਲਾ ਹਾਫਿਜ਼, ਔਰ ਸਰਦੀ ਸੇ ਜ਼ਰੂਰ ਬਚੀਏਗਾ, ਬਹੁਤ ਸਰਦੀ ਹੈ ਅੱਜ। ਹਾਂਜੀ, ਓਕੇ ਜੀ, ਅੱਲਾ ਹਾਫਿਜ਼।